ਅੱਛਾ ਯਾਰ, ਇਹਨਾਂ ਕਿਸਾਨਾਂ ਦੇ ਨਸੀਬਾਂ 'ਚ ਕੋਈ ਧੱਕੇ ਲਿਖਣ, ਖੁਦਾ ਦੀ ਕਸਮ ਯਾਰ। ਮੈਨੂੰ ਵਕਤ ਵੀ ਯਾਦ ਹੈ ਪਿਛਲੇ ਸੀਜ਼ਨ ਦੇ ਵਿੱਚ, ਜਿਹੜੇ ਗੌਰਮੈਂਟ ਨੇ ਪਾਬੰਦੀ ਲਾ ਛੋੜੀ ਹੈ ਕਿਸਾਨ 'ਤੇ ਕਿ ਜੇ 20-25 ਮਣ ਤੋਂ ਉੱਤੇ ਕਣਕ ਆਪਣੇ ਘਰ ਨਹੀਂ ਰੱਖ ਸਕਦੇ ਅਤੇ ਬਾਕੀ ਕਣਕ ਗੌਰਮੈਂਟ ਨੂੰ ਵੇਚੋ, ਔਰ ਡੇਰੀਆਂ 'ਤੇ ਪੁਲਿਸ ਆ ਵੇਂਦੀ ਹੁੰਦੀ ਹੈ, ਔਰ ਉਹ ਕਿਸਾਨ ਬਹਿ ਕੇ ਸਫਾਈਆਂ ਦਿੰਦਾ ਜੀ, ਗਵਾਹੀਆਂ ਦਿੰਦਾ ਜੀ ਕਿ ਜੀ ਸਾਡੇ ਘਰ ਦਾ ਖਰਚਾ ਜ਼ਿਆਦਾ, ਸਾਡੇ ਡੰਗਰਾਂ ਦਾ ਖਰਚਾ, ਸਾਡੇ ਮੁਲਾਜ਼ਮਾਂ ਦਾ ਖਰਚਾ। ਅਤੇ ਅੱਜ ਉਹ ਕਿਸਾਨ ਆਪਣੀ ਡੇਰੀ ਲੈ ਕੇ ਖਰਾਬ ਮੌਸਮ ਦੇ ਵਿੱਚ ਬੈਠੇ ਔਰ ਦਾੜਾ ਮਾਰ ਮਾਰ ਕੇ ਰੋ ਰਿਹਾ, ਔਰ ਗੌਰਮੈਂਟ ਨੂੰ ਆਵਾਜ਼ਾਂ ਦੇ ਰਿਹਾ ਕਿ ਮਿਹਰਬਾਨੀ ਕਰੋ, ਸਾਨੂੰ ਬਾਰਦਾਨਾ ਦਿਓ, ਸਾਡੇ ਕੋਲ ਕਣਕ ਖਰੀਦੋ। ਅਤੇ ਕਿਸੇ ਦੇ ਕੰਨ 'ਤੇ ਜੂੰ ਤੱਕ ਨਹੀਂ ਰਿੰਗਦੀ ਪਈ, ਜਿਨ੍ਹਾਂ ਕਿਸਾਨਾਂ ਨੇ ਮਰਜ਼ੀਆਂ ਦੇ ਰੇਟ ਦੇ ਕੇ ਆੜ੍ਹਤੀਆਂ ਨੂੰ ਖਾਦਾਂ ਲਈਆਂ, ਸਪਰੇਆਂ ਲਈਆਂ, ਆਪਣਾ ਖੂਨ ਵੀਟ ਛੋੜਿਆ ਉਸ ਕਣਕ ਦੇ ਵਿੱਚ, ਅੱਜ ਉਹਨਾਂ ਦੀ ਕਣਕ ਖੁਦਾ ਦੀ ਕਸਮ ਹੈ ਗੱਲਾਂ ਮੰਡੀਆਂ ਦੇ ਵਿੱਚ ਆੜ੍ਹਤੀ ਬਲੈਕਮੇਲਿੰਗ ਕਰਕੇ ਆਪਣੀ ਮਰਜ਼ੀ ਨਾਲ ਖਰੀਦਦੇ ਪੈਣ ਕਿ ਜੀ ਇਸ ਰੇਟ 'ਤੇ ਵੇਚੋ, ਕਿਉਂਕਿ ਗੌਰਮੈਂਟ ਨੂੰ ਪਰਵਾਹ ਹੀ ਨਹੀਂ ਕਿਸੇ ਦੇ ਕੰਨ 'ਤੇ ਕੋਈ ਜੂੰ ਨਹੀਂ ਰਿੰਗਦੀ ਪਈ। ਉਹ ਸਿਆਣਿਆਂ ਦੇ ਉਹਨਾਂ ਨਾ, ਮੇਰਾ ਪੁੱਤਰ ਅੰਨੀ ਪੀਂਦੀ ਹੈ ਅਤੇ ਕੁੱਤੇ ਲਗੇਂਦੇ ਨੇ, ਉਹ ਕਿਸੇ ਅੰਨੀ ਮਾਈ ਨੂੰ ਚੱਕੀ 'ਤੇ ਬਾਹੋ ਚਾਹ ਨਾ, ਚੱਕੀ ਗੁਮਾਈ ਰੱਖਦੀ ਹੈ, ਗੁਮਾਈ ਰੱਖਦੀ ਹੈ। ਹੁਣ ਉਹਨੂੰ ਨਹੀਂ ਪਤਾ ਕਿ ਤੱਲੂ ਕੁੱਤੇ ਲਗੇਂਦੇ ਪੈਣ ਕੀ ਹੁੰਦਾ ਪਿਆ, ਕਿਉਂਕਿ ਉਹ ਤਾਂ ਅੰਨੀ ਹੈ। ਇਹ ਉਹ ਕਾਨੂੰਨ ਬਣ ਚੁੱਕਿਆ, ਉਹ ਨਿਜ਼ਾਮ ਹੈ ਸਾਡੇ ਪਾਕਿਸਤਾਨ ਦਾ ਕਿ ਕਿਸੇ ਨੂੰ ਪਰਵਾਹ ਹੀ ਕੋਈ ਨਹੀਂ ਹੈ। ਖੁਦਾ ਦੇ ਖੌਫ ਤੋਂ ਡਰੋ, ਕਿ ਕੁਛ ਤੁਸੀਂ ਮਰਨਾ ਨਹੀਂ ਹੈ। ਇਹਨਾਂ ਕਿਸਾਨਾਂ ਦੇ ਹਾਲ 'ਤੇ ਰਹਿਮ ਕਰੋ, ਇਹਨਾਂ ਨੂੰ ਬਾਰਦਾਨਾ ਦਿਓ। ਅਗਰ ਇਹ ਕਿਸਾਨ ਆਪਣੇ ਪੈਰਾਂ 'ਤੇ ਖਲੋ ਗਿਆ ਤਾਂ ਪਾਕਿਸਤਾਨ ਖਲੋਵੇ ਸੀ, ਅਗਰ ਪਾਕਿਸਤਾਨ ਆਪਣੇ ਪੈਰਾਂ 'ਤੇ ਨਾ ਖਲੋ ਸਕਿਆ, ਜਿਵੇਂ ਕਿਸਾਨ ਖਤਮ ਹੋਣੇ, ਉਂਝ ਸਿਆਸਤਦਾਨ ਵੀ ਖਤਮ ਹੋ ਜਾਵਣੇ।